ਇਹ ਤੋਂ 30 ਸਾਲ ਪਹਿਲਾਂ ਮੈਂ ਇੱਕ ਲੜਕੇ ਵੱਲੋਂ ਸੀ ਤੇ ਦੂਸਰੀ ਸਾਈਡ ਤੋਂ ਮੇਰੇ ਸਾਥੀ ਵਕੀਲ ਸਾਹਿਬ ਸਨ ਹਾਈ ਕੋਰਟ ਵਿੱਚ ਮਾਮਲਾ ਪਹੁੰਚਿਆ ਤੇ ਗੱਲ ਇਹ ਨਿਕਲੀ ਵੀ ਕੁੜੀ ਨੂੰ ਬੜਾ ਤੰਗ ਪਰੇਸ਼ਾਨ ਕਰਦੇ ਨੇ ਅਸੀਂ ਕੋਰਟ ਨੂੰ ਦੱਸਿਆ ਜੀ ਅਸੀਂ 30 ਸਾਲ ਪਹਿਲਾਂ ਆ 5 ਲੱਖ ਰੁਪਏ ਦੀ ਐਫਟੀਆਰ ਜਿਹੜੀਆਂ ਦੋ ਕਰਾਈਆਂ ਹੋਈਆਂ ਕੁੜੀ ਲਈ ਜੇ ਅਸੀਂ ਤੰਗ ਪਰੇਸ਼ਾਨ ਕਰਦੇ ਆ ਇਹਦੇ ਨਾਲ ਕਿਤੇ ਹੋਰ ਤਾਂ ਨਾਮ ਹੀ ਨਹੀਂ ਹੈ ਤੇ ਨਾਂ ਤੇ ਹੀ ਨੇ ਤੇ ਫਿਰ ਇਹ ਕਿਹੋ ਜਿਹਾ ਅਲੀਗੇਸ਼ਨ ਹੈ ਜੈ ਸਾਹਿਬ ਨੇ ਪੁੱਛਿਆ ਜਿਹੜੇ ਬਾਦੀ ਸੁਪਰੀਮ ਕੋਰਟ ਦੇ ਵੀ ਜੱਜ ਬਣੇ ਉਹਨਾਂ ਨੇ ਪੁੱਛਿਆ ਮੈਨੂੰ ਪੁੱਛਿਆ ਵੀ ਮੈਂ ਕੀ ਸੁਜੈਸਟ ਕਰਦਾ ਮੈਂ ਕਿਹਾ ਜੀ ਦੇਖੋ ਇਹ ਦੋਨੋਂ ਬੱਚਿਆਂ ਦੀ ਜ਼ਿੰਦਗੀ ਦਾ ਮਾਮਲਾ ਹੈ ਜੇ ਇਹਨਾਂ ਨੂੰ Shimla ਭੇਜ ਦਿੱਤਾ ਜਾਵੇ ਜਾਂ ਕਿਸੇ ਹੋਰ ਜਗ੍ਹਾ ਤੇ ਭੇਜ ਦਿੱਤਾ ਜਾਵੇ ਚਾਰ ਦਿਨ ਇਕੱਲੇ ਰਹਿਣ ਦੇਖਣ ਅਸੀਂ ਐਡਜਸਟ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਮੈਂ ਆਪਣੀ ਕਾਰ ਦੇਣਾ ਤੇ ਕੁੜੀ ਵੱਲੇ ਵਕੀਲ ਸਾਹਿਬ ਜਿਹੜੇ ਹਨ 50000 ਰੁਪਇਆ ਦੇਣ ਜਿਹੜੇ ਇਸ ਖਰਚੇ ਨੂੰ ਮੀਟ ਹੋਵੇ ਇਹਨਾਂ ਦਾ 4 ਦਿਨ ਦਾ ਖਰਚਾ ਕੁੜੀ ਦੇ ਤੇ ਮੁੰਡੇ ਦੇ ਮਾਪਿਓ ਨੇ ਇਹ ਗੱਲ ਸੁਣੀ ਤੇ ਫਟਾਫਟ ਅੱਗੇ ਆ ਗਏ ਕਾਰ ਵੀ ਦੇਣੇ ਆ ਜੀ 50000 ਰੁਪਇਆ ਵੀ ਦੇਣੇ ਆ ਕਿਉਂਕਿ ਕਰੋੜਪਤੀ ਪਾਰਟੀਆਂ ਸੀ ਦੋਨੋਂ ਜੀ ਕਰੋੜਾਂ ਦੀ ਖਸ਼ਮ ਖਸ਼ ਜਿਹੜੀ ਸੀ ਦੋ ਬੱਚਿਆਂ ਦਾ ਘਰ ਨਹੀਂ ਵਸਣ ਦੇ ਰਹੀ ਸੀ ਇਹਦੇ ਵਿੱਚ ਤੁਸੀਂ ਕੀ ਸਮਝੋਗੇ ਕੀ ਗੁੰਝਲ ਹੋ ਸਕਦੀ ਹੈ ਮੈਂ ਜੇ ਇਹ ਤੁਹਾਡੇ ਜਿਹੜੇ ਜਿੰਨੇ ਵੀ ਦਰਸ਼ਕ ਨੇ ਉਹ ਇਸ ਗੱਲ ਨੂੰ ਪਲੀਪਾਂ ਸਮਝ ਗਏ ਨੇ ਤੇ ਇਹਦੇ ਵਿੱਚ ਕੋਈ ਗਲਤ ਗੱਲ ਨਹੀਂ ਬੱਚੇ ਗਏ ਕੁੜੀ ਦੀ ਜਿਹੜੀ ਮਾਂ ਸੀਗੀ ਉਹ ਮੇਰੇ ਕੋਲ ਆ ਗਈ ਹੱਥ ਜੋੜ ਕੇ ਖਲੋ ਗਈ ਮੈਨੂੰ ਕਹਿਣ ਲੱਗੀ ਬਈ ਮੇਰੀ ਕੁੜੀ ਸੁਰੱਖਿਅਤ ਹੈ ਜੀ ਮੈਂ ਕਿਹਾ ਜੀ ਹਾਈ ਕੋਰਟ ਦਾ ਆਰਡਰ ਹੈ ਹਾਈ ਕੋਰਟ ਤੋਂ ਗਈ ਹੈ ਤੇ ਹਾਈ ਕੋਰਟ ਨੇ ਵਾਪਸ थाना ਹੈ ਇਹਨੇ ਤੁਹਾਡੇ ਨਾਲ ਵੀ ਸੰਪਰਕ ਨਹੀਂ ਕਰਨਾ ਕੁੜੀ ਨੇ ਤੇ ਮੁੰਡੇ ਨੇ ਆਪਣੇ ਮਾਪਿਆਂ ਨਾਲ ਸੰਪਰਕ ਨਹੀਂ ਕਰਨਾ ਜੇ ਇਹ ਗੱਲ ਹੈ ਜੇ ਇਹ ਗੱਲ ਹੈ ਤੇ ਇਹਨਾਂ ਨੇ ਮੈਨੂੰ ਕਰਨਾ ਮੈਂ ਇੱਕ ਗੱਲ ਕਹਿਣਾ ਕਿ ਆਪਣੀ ਬੇਟੀ ਨੂੰ ਸਾਫ਼ ਤੇ ਸਪਸ਼ਟ ਤੌਰ ਤੇ ਇਹ ਗੱਲ ਕਹਿ ਦਿਓ ਜੇ ਉਹਨੂੰ ਕੋਈ ਦਿੱਕਤ ਹੈ ਮੇਰੇ ਨਾਲ ਗੱਲ ਕਰੇ ਉਦੋਂ ਲੈਂਡਲਾਈਨ ਹੁੰਦੀ ਸੀ ਜੀ ਤੇ ਜੇ ਉਹਨੂੰ ਕੋਈ ਦਿੱਕਤ ਹੈ ਤਾਂ ਵੀ ਦੱਸੇ ਜੇ ਨਹੀਂ ਦਿੱਕਤ ਤਾਂ ਵੀ ਦੱਸੇ ਫੋਨ ਹੋ ਪਹੁੰਚ ਕੇ ਮੈਨੂੰ ਕਰੇਗੀ ਮੈਂ ਤੁਹਾਨੂੰ ਅੱਗੇ ਇਨਟੀਮੇਸ਼ਨ ਦੇ ਦਾਂਗਾ ਵੀ ਬੱਚੇ ਠੀਕ ਠਾਕ ਸੁਰੱਖਿਅਤ ਪਹੁੰਚ ਗਏ ਉਸ ਕੇਸ ਚੋਂ ਗੁੰਝਲ ਲੱਭੀ ਕੀ ਤੇ ਹੱਲ ਕੀ ਨਿਕਲਿਆ ਹਮੇ ਹਮੇ ਅਲਟੀਮੇਟਲੀ ਇਨੀ ਐਫਰਟ ਹੋਣ ਦੇ باوجود ਵੀ ਬੱਚਿਆਂ ਨੇ ਕਹਿ ਦਿੱਤਾ ਵੀ ਅਸੀਂ ਇਕੱਠੇ ਰਹਿਣ ਨੂੰ ਤਿਆਰ ਆਂ ਲੇਕਿਨ ਹਾਲਾਤ ਐਸੇ ਬਣ ਰਹੇ ਸਨ ਕਿ ਦੋਨਾਂ ਕੁੜੀ ਮੁੰਡੇ ਦੇ ਮਾਪਿਓ ਜਿਹੜੇ ਸੀ ਉਹਨਾਂ ਦੀ ਸਹਿਮਤੀ ਆਪਸ ਵਿੱਚ ਨਹੀਂ ਬਣ ਰਹੀ ਸੀ ਅਲਟੀਮੇਟਲੀ ਅਨਫਾਰਚੂਨੇਟਲੀ ਤਲਾਕ ਹੋਇਆ ਇੱਕ ਅੱਛੇ ਜੋੜੇ ਦਾ ਤਲਾਕ ਇਸ ਨੂੰ ਤੁਸੀਂ ਕੀ ਕਹੋਗੇ ਇਹ 30 ਸਾਲ ਪਹਿਲੇ ਦੀ ਗੱਲ ਹੈ 30 ਸਾਲ ਪਹਿਲਾਂ ਇਸ ਤਰ੍ਹਾਂ ਜੇ ਹੋਇਆ ਉਹਨਾਂ 30 ਸਾਲਾਂ ਤੋਂ ਬਾਅਦ ਅੱਜ ਦੀ ਘੜੀ ਵਿੱਚ ਕੁਝ ਬਦਲਿਆ ਜਾਂ ਹੋਰ ਸਮੱਸਿਆਵਾਂ ਵਧ ਗਈਆਂ ਗੁੰਝਲਾਂ ਹੋਰ ਵਧ ਗਈਆਂ ਬਦਤੋਂ ਬੱਤਰ ਹੋ ਗਏ ਹਾਲਾਤ